ਸਿੱਖ ਸਿੱਖ ਨੂੰ ਨਾ ਮਾਰੇ, ਕੌਮ ਕਦੇ ਵੀ ਨਾ ਹਾਰੇ। ਇਹ ਗੱਲ ਆਮ ਤੌਰ 'ਤੇ ਸਾਨੂੰ ਵੇਖਣ ਨੂੰ ਮਿਲਦੀ ਹੈ, ਸੁਣਨ ਨੂੰ ਮਿਲਦੀ ਹੈ। ਕੁਛ ਨਾ ਕੁਛ ਤਾਂ ਇਹੋ ਜਿਹਾ ਹੁੰਦਾ ਹੈ, ਤਾਂ ਹੀ ਕਰਕੇ ਲੋਕ ਇਹ ਗੱਲ ਕਹਿੰਦੇ ਨੇ। ਕੀ ਕੁਛ ਇਹੋ ਜਿਹਾ ਹੁੰਦਾ, ਇਹ ਸਭ ਕੁਛ ਜਾਣਾਂਗੇ, ਕਿਉਂਕਿ ਇਹੋ ਜਿਹਾ ਹੀ ਕੁਛ ਇੰਸੀਡੈਂਟ ਹੋਇਆ ਹੈ ਪ੍ਰਚਾਰਕ ਵੀਰ ਜਰਨੈਲ ਸਿੰਘ ਧਿੰਗੜ ਜੀ ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਫਤਿਹ ਨਾਲ ਉਹਨਾਂ ਨੂੰ ਸਾਂਝ ਕਰਦੇ ਹਾਂ, ਔਰ ਉਸ ਤੋਂ ਬਾਅਦ ਜਾਣਾਂਗੇ ਕੀ ਘਟਨਾ ਉਹਨਾਂ ਨਾਲ ਇਹੋ ਜਿਹੀ ਵਾਪਰੀ ਹੈ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਆਪ ਜੀ ਸਾਨੂੰ ਵਿਸਥਾਰ ਨਾਲ ਦੱਸੋ ਕੀ ਕੁਛ ਹੋਇਆ ਆਪ ਜੀ ਨਾਲ। ਜੀ ਵੀਰ ਜੀ, ਮੇਰੇ 3 ਦਿਨਾਂ ਦੀ ਪ੍ਰਚਾਰ ਦੀ ਸੇਵਾ ਸੀ। ਮੈਂ 2 ਦਿਨ ਪ੍ਰਚਾਰ ਕੀਤਾ। ਮੈਂ ਜਦੋਂ 3ਰੇ ਦਿਨ ਗਿਆ, 3ਰੇ ਦਿਨ ਸਟੇਜ 'ਤੇ ਜਾਣ ਤੋਂ ਮੈਂ ਸਾਈਡ 'ਤੇ ਖੜ੍ਹਾ ਸੀ, ਅਤੇ ਉੱਥੇ ਤਾਬਿਆ 'ਚ ਬੈਠੇ ਗ੍ਰੰਥੀ ਸਿੰਘ ਸੀ ਜਿਹੜਾ, ਉਹਨੇ ਮੇਰੇ 'ਤੇ ਹਮਲਾ ਕਰ ਦਿੱਤਾ। ਆਪਾਂ ਕਦੇ ਸੋਚ ਵੀ ਨਹੀਂ ਸਕਦੇ ਵੀ ਇੱਕ ਗ੍ਰੰਥੀ ਸਿੰਘ ਇਹ ਗੱਲ ਕਰ ਸਕਦਾ। ਆਮ ਬੰਦਾ ਕੋਈ ਕਰ ਸਕਦਾ, ਆਪਾਂ ਸੋਚ ਸਕਦੇ ਹਾਂ, ਪਰ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹਦੇ ਦਿਮਾਗ 'ਚ ਕੀ ਗੱਲ ਆ। ਜਦੋਂ ਉਹ ਕਹਿੰਦਾ ਵੀ ਮੈਨੂੰ ਬਾਣੀ ਦੇ ਜਿਹੜੇ ਨੇ 2 ਦਿਨ ਪ੍ਰਚਾਰ ਕੀਤਾ, ਉਹਦੇ ਤੋਂ ਐਲਰਜੀ ਹੋਈ ਵੀ ਇਹਨਾਂ ਨੇ ਡੇਰਾਬਾਦ ਦੇ, ਪਖੰਡਾਂ ਦੇ, ਅੰਧ ਵਿਸ਼ਵਾਸ ਦੇ, ਨਸ਼ਿਆਂ ਦੇ ਖਿਲਾਫ ਜਿਹੜਾ ਪ੍ਰਚਾਰ ਕੀਤਾ, ਉਹਦੇ ਤੋਂ ਮੈਨੂੰ ਕਹਿੰਦਾ ਐਲਰਜੀ ਹੋ ਗਈ ਵੀ ਇਹ ਗੱਲਾਂ ਕਿਉਂ ਇਹਨੇ ਕੀਤੀਆਂ ਨੇ, ਕਿਉਂ ਗੁਰਬਾਣੀ ਦੀ ਗੱਲ ਕਰਦੇ ਨੇ। ਉਹ ਡੇਰਾਬਾਦ ਦਾ ਕਰਕੇ ਹੀ ਜਾਣ ਸਰ ਉਹਨੇ ਹਮਲਾ ਕਰਤਾ, ਅਤੇ ਸੰਗਤ ਨੇ ਮੈਨੂੰ ਉੱਥੋਂ ਛੁਡਾਇਆ, ਮੇਰੀ ਦਸਤਾਰ ਉਤਾਰ ਦਿੱਤੀ ਗਈ, ਮੇਰੇ ਉਹਨੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਉਹਦੀ ਮੇਰੇ ਵੀਡੀਓ ਵੀ ਮੇਰੇ ਕੋਲ ਹੈ ਸਾਰੀ। ਇਹ ਘਟਨਾ ਉਹ ਬਾਬੇ ਦੇ ਬਾਣੀ ਤੋਂ, ਆਪਾਂ ਸਮਝੋ ਵੀ ਪਤਾ ਹੀ ਨਹੀਂ ਹੈ ਵੀ ਬਾਣੀ ਦਾ ਗਿਆਨ ਕੀ ਹੈ, ਬਾਣੀ ਦੀ ਗੱਲ ਕੀ ਹੈ, ਬਾਣੀ 'ਚ ਲਿਖਿਆ ਕੀ ਹੈ। ਇਸ ਕਰਕੇ ਜਿਹੜਾ ਐਕਸੀਡੈਂਟ ਮੇਰੇ ਨਾਲ ਪਿਛਲੀ ਤਰੀਕ ਸਮੇਂ 'ਚ ਹੀ ਵਰਤਿਆ। ਵੀਰ ਜੀ, ਥੋੜ੍ਹਾ ਜਿਹਾ ਮੈਂ ਸ਼ੋਰਟ 'ਚ ਜਾਣਨਾ ਚਾਹਾਂਗਾ ਆਪ ਜੀ ਦੇ ਬਾਰੇ ਕਿ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਪ੍ਰਚਾਰ ਦੀ ਸੇਵਾ ਨਿਭਾਉਂਦੇ ਹੋਏ। ਜੀ ਤਕਰੀਬਨ ਵੀਰ ਜੀ, ਮੈਂ 1995 ਤੋਂ ਲੈ ਕੇ ਪ੍ਰਚਾਰ ਦੀ ਸੇਵਾ ਕਰ ਰਿਹਾ। ਬਹੁਤ ਲੰਬਾ ਸਮਾਂ ਹੋ ਗਿਆ, ਫੀਲਡ ਦੇ ਵਿੱਚ ਬਹੁਤ ਦੂਰ ਤੱਕ ਕਥਾ ਕਰਨ ਵੀ ਜਾਂਦੇ ਹਾਂ, ਪ੍ਰਚਾਰ ਕਰਦੇ ਹਾਂ, ਪਰ ਅੱਜ ਤੱਕ ਅਜਿਹੀ ਘਟਨਾ ਕਿਤੇ ਵੀ ਨਹੀਂ ਵਾਪਰੀ। ਹਾਂ, ਵਿਚਾਰ ਤਤਕਾਰ ਹੋ ਜਾਂਦੇ ਨੇ ਗੱਲ ਦੀ, ਆਪਾਂ ਬੈਠ ਕੇ ਹਰ ਇੱਕ ਗੱਲ ਦਾ ਜਵਾਬ ਦੇ ਹਾਂ, ਸੰਗਤ ਨੂੰ ਬੋਲਦੇ ਵੀ ਹਾਂ ਵੀ ਕਿਸੇ ਤਰ੍ਹਾਂ ਦੀ ਗੱਲ ਦੀ ਸਮਝ ਨਾ ਆਈ ਹੋਵੇ, ਬੈਠ ਕੇ ਆਪਾਂ ਭੈਣ ਭਰਾਵਾਂ ਵਾਂਗੂ ਸਮਝ ਸਕਦੇ ਹਾਂ। ਪਰ ਜਿਹੜੀ ਆ ਮਾਰ ਧਾੜ ਗੁੰਡਾਗਰਦੀ ਆ, ਇਹ ਪਹਿਲੀ ਵਾਰ ਸਾਹਮਣੇ ਆਈ ਹੈ ਜੀ। ਜਿਵੇਂ ਆਪ ਜੀ ਨੇ ਦੱਸਿਆ ਕਿ ਮਾਰ ਧਾੜ ਗੁੰਡਾਗਰਦੀ ਪਹਿਲੀ ਵਾਰ ਸਾਹਮਣੇ ਆਈ ਹੈ, ਲੇਕਿਨ ਅਸੀਂ ਜਦ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਕੋਲ ਅਪਡੇਟਾਂ ਆਉਂਦੀਆਂ ਨੇ, ਕਈ ਪ੍ਰਚਾਰਕਾਂ ਨਾਲ ਇਹੋ ਜਿਹਾ ਕੁਛ ਹੋਇਆ, ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਕਿ ਲੋਕ ਆਹ ਰਸਤਾ ਅਪਣਾ ਲੈਂਦੇ ਨੇ? ਇਹ ਵੀਰ ਜੀ, ਤੋਂ ਆਪਾਂ ਇਤਿਹਾਸ ਵੀ ਪੜ੍ਹੀਏ ਨਾ, ਇਹ ਤੁਸੀਂ ਦੇਖੋ ਪਹਿਲਾਂ ਨਰੈਣੂ ਮਹੰਤ ਤੋਂ ਦੇਖ ਲਓ, 100 ਸਾਲ ਹੋ ਗਏ ਤਕਰੀਬਨ, ਉਦੋਂ ਵੀ ਹਾਲਾਤ ਇੱਦਾਂ ਹੀ ਸੀਗੇ। ਉਦੋਂ ਗੁਰਦੁਆਰਿਆਂ 'ਚ ਉਹ ਕਾਬਜ਼ ਸਨ, ਮਹੰਤ ਸੀ ਉਹ ਸਿੱਖਾਂ ਨੂੰ ਜਦੋਂ ਜਾਂਦੇ ਗੁਰਦੁਆਰਿਆਂ 'ਚ ਨਹੀਂ ਸੀ ਵੜਨ ਦਿੰਦੇ, ਉਹਨਾਂ ਨਾਲ ਮਾਰ ਕੁਟਾਈ ਕਰਦੇ ਸੀ ਬਿਲਕੁਲ। ਅੱਜ ਇਨ ਬਿਨ ਹਾਲਾਤ ਉਹੀ ਬਣ ਚੁੱਕੇ ਨੇ, ਅੱਜ ਉਹ ਡੇਰੇਦਾਰ ਨੇ, ਉਹਨਾਂ ਦਾ ਰੂਪ ਬਦਲ ਗਿਆ। ਡੇਰੇਦਾਰਾਂ ਨੇ ਉਹਨਾਂ ਤੋਂ ਜਿਹੜੇ ਪੜ੍ਹੇ ਹੋਏ ਲੋਕ ਨੇ ਜਿਹੜੇ ਪਿੰਡਾਂ 'ਚ ਬੈਠੇ ਨੇ, ਬਿਲਕੁਲ ਉਹਨਾਂ ਨੂੰ ਨਾ ਸਿੱਖ ਰਹਿਤ ਮਰਿਆਦਾ ਨਾਲ, ਨਾ ਗੁਰਬਾਣੀ ਦੇ ਸਿਧਾਂਤਾਂ ਦੀ ਕੋਈ ਜਾਣਕਾਰੀ ਨਹੀਂ ਹੈ, ਉਹ ਧੂਪ 'ਤੇ ਟੱਲ ਖੜਕਾਉਣਾ ਹੀ ਧਰਮ ਸਮਝੀ ਬੈਠੇ ਨੇ। ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਦੀ ਜਾਂ ਗੁਰਬਾਣੀ ਦੀ ਗੱਲ ਕਰਦੇ ਹਾਂ, ਉਹ ਗੱਲ ਪੈਂਦੇ ਨੇ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਉਹ ਕਿਹੜੇ ਡੇਰੇ ਨਾਲ ਜੁੜਿਆ ਹੋਇਆ ਸੀਗਾ ਵੀਰ? ਹਾਂਜੀ, ਮਗਰੋਂ ਜਦੋਂ ਬੰਦੇ ਉਹਦੀ ਸਪੋਰਟ 'ਤੇ ਜਿਹੜੇ ਗਏ ਨੇ, ਉਹ ਪਰਿਵਾਰ ਨੇ ਜਿਹੜੇ ਨਾਨਕ ਸਾਹਿਬ ਡੇਰੇ 'ਤੇ ਜਾਂਦੇ ਨੇ, ਜਿਹੜੇ ਉਹ ਬੰਦਿਆਂ ਨੇ ਉਹਨਾਂ ਦੀ ਹਮਾਇਤ ਕੀਤੀ ਵੀ ਤੂੰ ਬਾਬਾ ਬਹੁਤ ਚੰਗਾ ਕੰਮ ਕੀਤਾ, ਇਹ ਬਾਬਾ ਕਿਉਂਕਿ ਮੈਂ ਡੇਰਿਆਂ ਦੇ ਖਿਲਾਫ਼, ਤਸਵੀਰਾਂ ਦੇ ਖਿਲਾਫ਼, ਬੁੱਤ ਪੂਜਾ ਦੇ ਖਿਲਾਫ਼ ਬੋਲਦਾ, ਉਹ ਬਾਬੇ ਜਿਹੜੇ ਤਸਵੀਰਾਂ ਨੂੰ ਸਰੂਪ ਕਹੀ ਜਾ ਰਹੇ ਨੇ, ਅੱਜ ਆਪਣੇ ਸਿੱਖਾਂ ਦੇ ਘਰਾਂ 'ਚ ਤਸਵੀਰਾਂ ਨੂੰ ਸਰੂਪ ਕਹਿ ਕੇ ਪੂਜਿਆ ਜਾ ਰਿਹਾ।
ਜਦੋਂ ਆਪਾਂ ਆਹ ਗੱਲ ਲੋਕਾਂ ਸਾਹਮਣੇ ਸਟੇਜ 'ਤੇ ਰੱਖਦੇ ਹਾਂ ਤਾਂ ਉਹ ਬਾਬੇ ਗੱਲ ਪੈਂਦੇ ਨੇ, ਉਹਨਾਂ ਦੇ ਚੇਲੇ ਆ ਕੇ ਗੱਲ ਪੈਂਦੇ ਨੇ ਉਹਨਾਂ ਦੇ। ਮੈਨੂੰ ਉਦੋਂ ਪਤਾ ਲੱਗਿਆ ਜਦੋਂ ਨਾਨਕ ਸਰ ਦੇ ਉਹਨਾਂ ਦੇ ਜਾਣ ਵਾਲੇ ਚੇਲੇ ਹੀ ਉਹ ਬਾਬੇ ਦੀ ਸਪੋਰਟ 'ਤੇ ਆ ਕੇ ਖੜ ਗਏ, ਫਿਰ ਪਤਾ ਲੱਗਿਆ ਵੀ ਬਾਬਾ ਤਾਂ ਨਾਨਕ ਸਰ ਨਾਲ ਸੰਬੰਧਿਤ ਰੱਖਦਾ ਹੈ। ਠੀਕ ਹੈ ਜੀ, ਨਾਨਕ ਸਰ ਦੇ ਬਾਰੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਨਾਨਕ ਸਰ ਸਿਫਤੀ ਦਾ ਘਰ, ਸਿਫਤੀ ਦੇ ਘਰ ਜਿਹਨੂੰ ਕਿਹਾ ਜਾ ਰਿਹਾ, ਉਹਦੇ ਜਿਹੜੇ ਵੀਰ ਨੇ ਜਿਹੜੇ ਉੱਥੋਂ ਉਹਨਾਂ ਨਾਲ ਜੁੜੇ ਹੋਏ ਨੇ, ਉਹਨਾਂ ਵੱਲੋਂ ਇਹੋ ਜਿਹੀ ਐਕਟੀਵਿਟੀ ਕੀਤੀਆਂ ਜਾਣਾ, ਤੁਸੀਂ ਕਿਵੇਂ ਵੇਖਦੇ ਹੋ ਕਿ ਡੇਰਿਆਂ ਵਿੱਚ ਸਾਰਾ ਕੁਝ ਸਿਖਾਇਆ ਜਾਂਦਾ ਜਾਂ ਉਹ ਡਰ ਚੁੱਕੇ ਨੇ ਕਿ ਸਾਡੀਆਂ ਜਿਹੜੀਆਂ, ਮੈਂ ਮਾਫ਼ੀ ਚਾਹਾਂਗਾ ਸ਼ਾਇਦ ਕਿਸੇ ਨੂੰ ਇਤਰਾਜ਼ ਉਸ ਸ਼ਬਦ ਤੋਂ ਕਿ ਸਾਡੀ ਜਿਹੜੀ ਦੁਕਾਨਾਂ ਖੋਲੀਆਂ ਹੋਈਆਂ ਨੇ ਇਸ ਘਟਨਾ ਦੇਖਣ ਤੋਂ ਬਾਅਦ, ਮੈਂ ਦੁਕਾਨ ਹੀ ਕਹਾਂਗਾ, ਦੁਕਾਨਾਂ ਖੋਲੀ ਗਈਆਂ ਨੇ ਉਹ ਬੰਦ ਹੋ ਰਹੀਆਂ ਨੇ, ਤੁਹਾਨੂੰ ਕੀ ਲੱਗਦਾ? ਬਿਲਕੁਲ ਵੀਰ ਜੀ, ਇੱਕ ਕਵੀ ਨੇ ਦੁੱਖ ਲੈਣਾ ਲਿਖੀਆਂ, ਭਵਰੇ ਆ ਤੇ ਭੂੰਡ ਦੀ ਇੱਕੋ ਜੈਸੀ ਗੂੰਜ, ਕੰਮੀ ਪਿਆ ਪਛਾਣੀਆਂ ਉਹ ਭਵਰਾ ਉਹ ਭੂੰਡ। ਬਿਲਕੁਲ ਇੱਦਾਂ ਪਤਾ, ਹੁਣ ਜਦੋਂ ਆਪਾਂ ਕੱਪੜੇ ਦੇਖਾਂ ਤਾਂ ਗੋਲ ਦਸਤਾਰਾਂ ਨੇ, ਚਿੱਟੀ ਦਸਤਾਰ, ਚਿੱਟਾ ਚੋਲਾ, ਚਿੱਟੇ ਹੀ ਰਹਿਣੇ, ਚਿੱਟਾ ਹੀ ਪਰਨਾ, ਬਾਬਾ ਵੇਖਣ ਨੂੰ ਬਿਲਕੁਲ ਆਂਡੇ ਵਰਗਾ ਲੱਗਦਾ ਵੀ ਬੜਾ ਸ਼ਰੀਫ ਆ, ਪਰ ਜਦੋਂ ਦਾ ਕੰਮ ਦੇਖਿਆ ਬਿਲਕੁਲ ਗੈਂਗਸਟਰ ਹੈ ਜੀ, ਗੈਂਗਸਟਰ ਵਾਲਾ ਕੰਮ ਕੀਤਾ, ਤਾਬਿਆਂ 'ਚੋਂ ਚੌਰ ਰੱਖ ਕੇ ਉੱਠ ਕੇ ਬੰਦੇ ਨੂੰ ਮਾਰਨ ਪੈ ਜਾਣਾ, ਉਹਨੂੰ ਅਸੀਂ ਕੀ ਕਹਾਂਗੇ, ਭੂੰਡ ਕਹਾਂਗੇ ਜਾਂ ਭਵਰਾ ਕਹਾਂਗੇ ਜੀ? ਜਿਹੜੇ ਇਹੋ ਜਿਹੇ ਲੋਕ ਨੇ, ਇਹੋ ਜਿਹੇ ਲੋਕਾਂ ਨੂੰ ਕਿੱਥੋਂ ਬਲ ਮਿਲਦਾ, ਕਿੱਥੋਂ ਸ਼ਕਤੀ ਮਿਲਦੀ ਹੈ ਕਿ ਅਸੀਂ ਇਹੋ ਜਿਹੀ ਐਕਟੀਵਿਟੀ ਕਰ ਦਈਏ? ਇਹ ਵੇਖੋ ਜੀ, ਅੱਜ ਜਿਹੜੀ ਆਪਣੀ ਕੌਮ ਦੀ ਅਧੋਗਤੀ ਇਹ ਬਣੀ ਹੈ, ਇਹਦੇ ਕਾਰਨ ਦੋ ਨੇ, ਇੱਕ ਤਾਂ ਪਖੰਡ ਹੈ, ਦੂਜਾ ਰਾਜਨੀਤਿਕ ਗੰਦੇ ਲੋਕ ਨੇ ਜਿਹੜੇ। ਵੇਖੋ ਸਾਹਿਬਜ਼ਾਦਿਆਂ ਨੂੰ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਨਾ, ਵੀ ਜਦੋਂ ਵਜੀਦ ਖਾਂ ਨੇ ਪੁੱਛਿਆ ਵੀ ਤੁਹਾਡੇ ਹਿੰਦੂ ਵੀ ਦੁਸ਼ਮਣ ਨੇ, ਤੁਹਾਡੇ ਮੁਸਲਮਾਨ ਵੀ ਦੁਸ਼ਮਣ ਨੇ, ਦੋਨੇ ਤਰ੍ਹਾਂ ਤੁਹਾਡੇ 'ਤੇ ਹਮਲਾ ਕਰ ਰਹੀਆਂ ਨੇ, ਉੱਥੇ ਉਹਦੇ ਜਵਾਬ ਜਿਹੜੀ ਗੱਲ ਅੱਲਾ ਯਾਰ ਖਾਂ ਨੇ ਲਿਖੀ ਆ, ਉਹਨੇ ਇਹ ਕਿਹਾ ਵੀ ਜਦੋਂ ਬੁੱਤਾਂ ਕੋ ਨਿੰਦਾ ਹਿੰਦੂ ਵਿਟਰ ਗਏ, ਜ਼ੁਲਮ ਕੋ ਰੋਕਾ ਮੁਸਲਮਾਂ ਵਿਗੜ ਗਏ। ਵੀ ਜੇ ਅਸੀਂ ਬੁੱਤ ਨਹੀਂ ਪੂਜਦੇ ਤਾਂ ਹਿੰਦੂ ਸਾਡੇ 'ਤੇ ਹਮਲਾ ਕਰਦੇ ਨੇ, ਜੇ ਅਸੀਂ ਜ਼ੁਲਮ ਦੇ ਖਿਲਾਫ਼ ਬੋਲਦੇ ਹਾਂ ਤਾਂ ਮੁਗਲ ਸਾਡੇ ਖਿਲਾਫ਼ ਨੇ। ਬਿਲਕੁਲ ਇੱਦਾਂ ਅੱਜ ਇਹ ਜਿਹੜੀਆਂ ਸਾਡੇ ਰਾਜਨੀਤਿਕ ਧਿਰਾਂ ਨੇ ਦੋ, ਜੇ ਤਾਂ 84 ਦੀ ਗੱਲ ਕਰਦੇ ਹਾਂ ਵੀ ਸਾਡੇ ਨਾਲ ਆਹ ਹੋਇਆ, ਕਤਲੇਆਮ ਹੋਇਆ ਸਾਡਾ, ਗਲਾਂ 'ਚ ਟੈਰ ਪਾ, ਫਿਰ ਤਾਂ ਕਾਂਗਰਸੀ ਗੱਲ ਪੈਂਦੇ ਆ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੀ ਗੱਲ ਕਰਦੇ ਹਾਂ ਤਾਂ ਅਕਾਲੀ ਆ ਕੇ ਗੱਲ ਪੈਂਦੇ ਨੇ ਸਾਡੇ ਨਾਲ। ਹੁਣ ਵੇਖੋ ਗੁਰਦੁਆਰੇ 'ਚ ਗੱਲ ਕੀ ਕਰਾਂਗੇ, ਆਪਣੇ ਘੱਲੂ ਘਰਾਂ ਦੀ ਹੋਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਤਾਂ ਚੱਲਣੀ ਚੱਲਣੀ ਹੈ। ਜੇ ਆਪਾਂ ਇਹਨਾਂ ਦੋਨਾਂ ਵਿਸ਼ਿਆਂ 'ਤੇ ਗੱਲ ਕਰਦੇ ਹਾਂ, ਉਹ ਰਾਜਨੀਤਿਕ ਲੋਕ ਆ ਕੇ ਗੱਲ ਪੈਂਦੇ ਨੇ, ਉਹ ਕਹਿੰਦੇ ਨੇ ਇਹ ਗੱਲਾਂ ਤੁਸੀਂ ਕਿਉਂ ਕਰਦੇ ਨੇ। ਇਸ ਕਰਕੇ ਜਿਹੜੇ ਪਖੰਡੀ ਲੋਕ ਨੇ ਅਤੇ ਜਿਹੜੇ ਰਾਜਨੀਤਿਕ ਨੇ, ਕੁੱਤੀ ਚੋਰਾਂ ਨਾਲ ਰਲੀ ਹੋਈ ਹੈ ਜੀ, ਉਹ ਇਕੱਠੇ ਹੋਏ ਨੇ। ਜਿਹੜਾ ਬੰਦਾ ਵੀ ਹੱਕ ਸੱਚ ਦੀ ਗੱਲ ਕਰਦਾ, ਗੁਰਬਾਣੀ ਦੀ ਗੱਲ ਕਰਦਾ, ਉਹਦੇ ਗੱਲ ਪੈਂਦੇ ਨੇ, ਪਹਿਲਾਂ ਵੀ ਪਏ ਨੇ ਅਤੇ ਹੁਣ ਵੀ ਪੈ ਰਹੇ ਨੇ। ਠੀਕ ਹੈ ਜੀ, ਅਤੇ ਜਦੋਂ ਇਹ ਘਟਨਾ ਵਾਪਰੀ ਅਤੇ ਜਿਹੜੀ ਸੰਗਤ ਉੱਥੇ ਮੌਜੂਦ ਸੀ, ਉਹਨਾਂ ਦਾ ਕੀ ਕਹਿਣਾ, ਸੰਗਤ ਨੇ ਕਿਵੇਂ ਆਪ ਜੀ ਨਾਲ ਮਤਲਬ ਸਹਿਯੋਗ ਦਿੱਤਾ ਜੀ? ਹਾਂਜੀ, ਸੰਗਤ ਨੇ ਬਹੁਤ ਵਿਦਰੋਹ ਕੀਤਾ, ਸੰਗਤ ਉਹਨਾਂ ਦੇ ਗੱਲ ਪਈ, ਉਹਦੇ ਮਾਰਨ ਤੱਕ ਕਹੀ ਮੈਂ ਮਾਰ ਨਹੀਂ ਦਿੱਤਾ, ਮੈਂ ਆਪਾਂ ਨੂੰ ਮਿੰਨਤਾਂ ਕਰਨੀਆਂ ਪੈਣੀਆਂ, ਆਪਾਂ ਇਹੋ ਜਿਹੇ ਨਹੀਂ ਬਣਨਾ। ਨਾਲ ਦੀ ਨਾਲ ਉਹਦਾ ਸਮਾਨ ਚੁਕਾ ਕੇ ਗੁਰਦੁਆਰੇ 'ਚ ਉਹਨੂੰ ਬਾਹਰ ਕਰ ਦਿੱਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੈਟਰ ਪੈਡ 'ਤੇ ਲਿਖ ਕੇ ਸ਼ਿਕਾਇਤ ਕੀਤੀ ਗਈ, ਪੁਲਿਸ ਥਾਣੇ ਨੂੰ ਲਿਖ ਕੇ ਦਿੱਤਾ ਗਿਆ, ਉਹ 'ਤੇ ਪੁਲਿਸ ਵੱਲੋਂ ਕਾਰਵਾਈ ਕਰਵਾਈ ਗਈ ਹੈ, FIR ਦਰਜ ਹੋ ਚੁੱਕੀ ਹੈ। ਅੱਗੇ ਵੇਖਦੇ ਹਾਂ ਹੁਣ ਜੀ ਹੁਣ 'ਤੇ ਕੀ ਹੁੰਦਾ। ਜਿਵੇਂ ਕਿ ਆਪ ਜੀ ਨੇ ਦੱਸਿਆ ਕਿ ਉਹ ਤਾਬਿਆਂ ਬੈਠੇ ਸੀ ਗੁਰੂ ਸਾਹਿਬ ਦੇ, ਆਪਾਂ ਇਹ ਗੱਲ ਸੁਣਦੇ ਹਾਂ ਅਕਸਰ ਆਮ ਤੌਰ 'ਤੇ ਜਿਹੜਾ ਗੁਰੂ ਸਾਹਿਬ ਦੇ ਤਾਬਿਆਂ ਬੈਠਾ ਹੁੰਦਾ ਉਹਦਾ ਸੁਭਾਅ ਬੜਾ ਹੀ ਸ਼ਾਂਤ ਹੁੰਦਾ, ਇੰਨੇ ਸ਼ਾਂਤ ਸੁਭਾਅ ਅਗਰ ਆਪਾਂ ਕਹੀਏ ਕਿ ਤਾਬਿਆਂ ਬਹਿ ਕੇ ਹੋਣ ਦੇ ਬਾਵਜੂਦ ਵੀ ਇਹੋ ਜਿਹੀ ਐਕਟੀਵਿਟੀ ਕਰ ਦੇਣਾ, ਇਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ? ਵੀ ਜੇ ਇਸ ਗੱਲ ਨੂੰ ਹੁਣ ਤੁਸੀਂ ਆਪਾਂ ਅੰਦਾਜ਼ਾ ਲਾਓ ਵੀ ਜਿਹੜਾ ਬੰਦਾ ਲੋਕਾਂ ਨੂੰ ਅਸੀਂ ਬੈਠ ਕੇ ਸਮਝਾਉਣਾ, ਉਹਨੇ ਬਾਣੀ 'ਚ ਪਹਿਲਾਂ ਹੁਕਮਨਾਮੇ ਤੋਂ ਪੜ੍ਹਿਆ ਵੀ ਇਹ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ। ਵੇਖੋ ਗੁੱਸਾ ਹੰਢਾ ਖੁਦ ਰਿਹਾ,
ਗੁੱਸੇ ਨੂੰ ਹੰਡਾਉਣ ਦੀ ਵਿਆਖਿਆ ਕਰਨ ਵਾਲਾ ਬੰਦਾ ਬੈਠ ਕੇ ਉੱਥੇ, ਇਹਦਾ ਮਤਲਬ ਇੱਥੋਂ ਦੇਖਣ ਨੂੰ ਆਪਾਂ ਇੱਦਾਂ ਲੱਗਦਾ ਵੀ ਜਿਵੇਂ ਇੱਕ ਕਵੀ ਨੇ ਲਿਖਿਆ ਵੀ ਇੱਕ ਬੰਦਾ ਖਾਲੀ ਕੜਾਹੀ ਲੈ ਕੇ ਨਾ ਉਹਦੇ 'ਚ ਖੁਰਚਣਾ ਮਾਰਨ ਲੱਗ ਪਿਆ, ਉਹ ਖੁਰਚਣਾ ਮਾਰੀ ਜਾਂਦਾ, ਬੈਠਾ ਅੱਗ ਮਚਾਈ ਆ ਉਹਨੇ, ਅਤੇ ਲੋਕ ਕਹਿੰਦੇ ਤੂੰ ਕੀ ਕਰਦਾ, ਉਹ ਕਹਿੰਦਾ ਮੈਂ ਕੜਾਹ ਬਣਾ ਰਿਹਾ, ਪਰ ਉਹਦੇ ਵਿੱਚ ਮਸਾਲਾ ਕੁਛ ਨਾ, ਘਿਓ ਹੈ ਨਾ, ਅੱਟ ਹੈ ਨਾ, ਪਾਣੀ ਹੈ ਨਾ, ਉਹਦੇ ਕੋਲ ਸਾਧਨ ਕੋਈ ਨਹੀਂ, ਖੁਰਚਣਾ ਮਾਰਿਆ, ਕਹਿੰਦਾ ਕੀ ਕਰ ਰਿਹਾ, ਕਹਿੰਦਾ ਮੈਂ ਦੁਨੀਆਂ ਨੂੰ ਬੁੱਧੂ ਬਣਾ ਰਿਹਾ, ਦੁਨੀਆਂ ਬੁੱਧੂ ਬਣੀ ਜਾਂਦੀ ਆ, ਖੜੀਆਂ ਲੈਣਾ ਲੱਗੀ ਰਹਿ ਰਹੀਆਂ ਨੇ, ਕਹਿੰਦਾ ਮੈਂ ਹੋਰ ਕੀ ਕਰਨਾ, ਬੁੱਧੂ ਬਣਾਈ ਜਾ ਰਿਹਾ। ਇਸੇ ਤਰ੍ਹਾਂ ਜਿਹੜੇ ਸਾਡੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਆ ਡੇਰੇਦਾਰਾਂ ਤੋਂ ਪੜ੍ਹੇ ਹੋਏ ਗ੍ਰੰਥੀ ਬੈਠੇ ਨੇ, ਉਹ ਸਿੱਖ ਕੌਮ ਨੂੰ ਬੁੱਧੂ ਬਣਾਉਣ ਦਾ ਕੰਮ ਕਰ ਰਹੇ ਨੇ, ਸਿੱਖਿਆ ਦੇਣ ਦਾ ਨਹੀਂ, ਲੋਕਾਂ ਨੂੰ ਗਲਤ ਕੌਮ ਦੀਆਂ ਜੜ੍ਹਾਂ 'ਚ ਤੇਲ ਦਿੱਤਾ ਜਾ ਰਿਹਾ। ਜਿਵੇਂ ਆਪ ਜੀ ਨੇ ਦੱਸਿਆ ਕਿ ਆਪ ਜੀ ਅੰਧ ਵਿਸ਼ਵਾਸ ਪਖੰਡਵਾਦ ਦੇ ਵਿਰੁੱਧ ਬੋਲਦੇ ਹੋ, ਲੇਕਿਨ ਅੱਜ ਸਾਨੂੰ ਕਈ ਪ੍ਰਚਾਰਕ ਇਹੋ ਜਿਹੇ ਦੇਖਣ ਨੂੰ ਮਿਲਦੇ ਨੇ ਜਿਹੜੇ ਇਹ ਗੱਲਾਂ ਨਹੀਂ ਕਰਦੇ, ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ, ਕੀ ਉਹਨਾਂ ਨੂੰ ਕੋਈ ਡਰ ਹੈ, ਕੋਈ ਲਾਲਚ ਹੈ, ਕੀ ਲੱਗਦਾ ਆਪ ਜੀ ਨੂੰ? ਹਾਂਜੀ, ਇਹ ਵੀ ਜੀ ਸਾਨੂੰ ਨਾ ਬਹੁਤ ਪ੍ਰਚਾਰਕਾਂ ਨੇ ਮੈਨੂੰ ਖੁਦ ਨੂੰ ਵੀ ਇਹ ਰਾਏ ਦਿੱਤੀ ਆ ਵੀ ਇੱਥੇ ਬਾਬਾ ਨਾਨਕ ਬੋਲ ਕੇ ਵੀ ਮੁੜ ਗਿਆ, ਬੜੇ ਬੜੇ ਪੈਗੰਬਰ ਆ ਵੀ ਤੁਸੀਂ ਸਮਾਜ ਨੂੰ ਨਹੀਂ ਸੁਧਾਰ ਸਕਦੇ, ਵੀ ਤੁਸੀਂ ਕਿਉਂ ਰਿਸਕ ਲੈਂਦੇ ਹੋ, ਤੁਸੀਂ ਇਹ ਗੱਲਾਂ ਹੀ ਨਾ ਕਰੋ, ਤੁਸੀਂ ਇਹਨਾਂ ਲੋਕਾਂ ਦੇ ਮੇਚ ਦੀਆਂ ਗੱਲਾਂ ਕਰੋ, ਤੁਹਾਨੂੰ ਸਤਿਕਾਰ ਮਿਲੇਗਾ, ਤੁਸੀਂ ਅੱਜ ਟੁੱਟੀਆਂ ਗੱਡੀਆਂ 'ਤੇ ਤੁਰੇ ਫਿਰਦੇ ਹੋ, ਕੋਈ ਤੁਹਾਨੂੰ ਤੁਹਾਡਾ ਸਤਿਕਾਰ ਨਹੀਂ, ਲੋਕ ਗਾਲਾਂ ਕੱਢਦੇ ਨੇ, ਪਰ ਆਪਾਂ ਗੁਰੂ ਦੀ ਨਿਗਾਹ 'ਚ ਪ੍ਰਵਾਨ ਹੋਣਾ, ਆਪਾਂ ਦੁਨੀਆਂ ਦੀ ਨਿਗਾਹ 'ਚ ਨਹੀਂ, ਜੋ ਗੁਰੂ ਕਹਿੰਦਾ ਉਹ ਮੈਂ ਗੱਲ ਆਪਾਂ ਕਰਨੀ ਹੈ। ਸਿੱਖ ਦਾ ਫਰਜ਼ ਹੀ ਇਹ ਆ ਵੀ ਅਸੀਂ ਕੁੱਤੇ ਨਾਲ ਉਹਦਾ ਨਹੀਂ ਗਏ ਗੁਜ਼ਰੇ, ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਹੋਵੇ ਜਿਵੇਂ ਕੁੱਤਾ ਮਾਲਕ ਦਾ ਖਾ ਕੇ ਉਹਦਾ ਵਫਾਦਾਰ ਰਹਿੰਦਾ, ਅਤੇ ਸਿੱਖ ਨੂੰ ਤਾਂ ਗੁਰੂ ਦਾ ਇਹ ਪੱਕਾ ਹੁਕਮ ਹੈ ਜੀ। ਉਸ ਵੀਰ ਦੇ ਉੱਤੇ ਜਿਹਨੇ ਇਹ ਤੁਹਾਡੇ ਨਾਲ ਹਰਕਤ ਕੀਤੀ ਹੈ, ਕਿ ਉਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ? ਹਾਂਜੀ, ਕਾਨੂੰਨੀ ਕਾਰਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ, ਉਹਦੇ ਉੱਤੇ FIR ਦਰਜ ਹੋ ਚੁੱਕੀ ਹੈ, ਅਗਲੀ ਕਾਰਵਾਈ ਦਾ ਹੁਣ ਪਤਾ ਲੱਗੇਗਾ ਵੀ ਉਹਦੇ ਕੀ ਕਾਰਵਾਈ ਹੁੰਦੀ ਹੈ। ਠੀਕ ਹੈ ਜੀ, ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੋਈ ਆਪ ਜੀ ਨੂੰ ਜਾਂ ਤਖਤਾਂ ਵੱਲੋਂ ਵੀ ਕੋਈ ਆਪ ਜੀ ਨੂੰ ਸਪੋਰਟ ਮਿਲ ਰਹੀ ਹੈ ਇਸ ਮਸਲੇ 'ਤੇ? ਹਾਂਜੀ, ਤਖਤ ਨੂੰ ਲਿਖ ਕੇ ਦਿੱਤਾ ਹੋਇਆ, ਮੈਂ ਦਰਖਾਸਤ ਭੇਜੀ ਆ ਉੱਥੇ ਵੀ ਮੇਰੇ ਨਾਲ ਇੱਦਾਂ ਦੀ ਘਟਨਾ ਵਾਪਰੀ ਆ, ਹੁਣ ਉਹਨਾਂ ਵੱਲੋਂ ਪਤਾ ਲੱਗੂਗਾ ਵੀ ਉਹ ਇਹਦੇ ਉੱਤੇ ਕੀ ਕਾਰਵਾਈ ਕਰਦੇ ਨੇ। ਠੀਕ ਹੈ ਵੀਰ ਜੀ। ਵੀਰ ਜੀ, ਇੱਕ ਤ੍ਰਾਸਦੀ ਵਾਲੀ ਗੱਲ ਹੈ, ਮੈਂ ਅਕਸਰ ਇਹ ਗੱਲ ਨੋਟ ਕਰਦਾ, ਮੈਂ ਸੁਣਦਾ ਕਈ ਵਾਰ, ਜਾਣਦਾ ਪ੍ਰਚਾਰਕ ਵੀਰਾਂ ਤੋਂ ਪਤਾ ਲੱਗਦਾ, ਜਦੋਂ ਕਿਸੇ ਇੱਕ ਪ੍ਰਚਾਰਕ ਦੇ ਨਾਲ ਕੋਈ ਇਹੋ ਜਿਹੀ ਵਧੀਕੀ ਹੁੰਦੀ ਹੈ ਤਾਂ ਦੂਸਰੇ ਜਿਹੜੇ ਪ੍ਰਚਾਰਕ ਨੇ ਜਾਂ ਕੋਈ ਸੰਸਥਾਵਾਂ ਜਿਹੜੀਆਂ ਨੇ, ਸਾਡੀਆਂ ਸਿਰਮੌਰ ਸੰਸਥਾਵਾਂ ਜਾਂ ਹੋਰ ਸੰਸਥਾਵਾਂ ਨੇ, ਉਹ ਨਾਲ ਨਹੀਂ ਖੜਦੀਆਂ, ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਹੈ? ਦੇਖੋ ਜੀ, ਸਾਰੇ ਨਾ ਆਪੋ ਆਪਣੇ ਧੜੇ ਬਣਾਏ ਹੋਏ ਨੇ, ਹਰ ਇੱਕ ਬੰਦੇ ਜਿਹੜੇ ਵੱਡੇ ਪ੍ਰਚਾਰਕ ਆ ਜਾਂਦੇ ਵੱਡੇ ਲੈਵਲ ਦੇ, ਉਹਨਾਂ ਦੀ ਤਾਂ ਆਪਸ ਦੇ ਵਿੱਚ ਹੀ ਦੌੜ ਲੱਗੀ ਹੋਈ ਹੈ ਵੀ ਮੈਂ ਇੱਕ ਦੂਜੇ ਤੋਂ ਅੱਗੇ ਕਿਵੇਂ ਲੰਘਣਾ। ਉਹਨਾਂ ਦੇ ਮਾਇੰਡ 'ਚੋਂ ਗੁਰੂ ਤਾਂ ਗਾਇਬ ਹੋ ਗਿਆ, ਉਹਨਾਂ ਨੂੰ ਆਪਣਾ ਧੜਾ ਵੱਡਾ ਕਰਨ ਦੀ ਆ ਵੀ ਸਾਡਾ ਧੜਾ ਕਿੱਦਾਂ ਹੁੰਦਾ, ਪਰ ਜਿਹੜੀ ਪ੍ਰਚਾਰਕ ਸ਼੍ਰੇਣੀ ਆ ਇਹਦਾ ਫਰਜ਼ ਤਾਂ ਇਹ ਬਣਦਾ ਵੀ ਅਸੀਂ ਗੁਰਮਤ ਨੂੰ ਅਤੇ ਗੁਰੂ ਨੂੰ ਅੱਗੇ ਲਿਜਾਣਾ ਵੀ ਸਾਡਾ ਪੰਥ ਵੱਡਾ ਹੋਵੇ, ਪੰਥ ਨੂੰ ਵਧਾਉਣ ਦਾ ਕੰਮ ਆ। ਪਰ ਜ਼ਿਆਦਾਤਰ ਅੱਜ ਅਸੀਂ ਜਿਹੜੇ ਪ੍ਰਚਾਰਕ ਅਸੀਂ ਧੜੇ ਵਧਾਉਣ ਲੱਗੇ ਹੋਏ ਹਾਂ, ਜਿਵੇਂ ਰਾਜਨੀਤਿਕ ਪਾਰਟੀਆਂ ਉਹ ਵੀ ਆਪਦੇ ਧੜਿਆਂ 'ਤੇ ਲੱਗੀਆਂ ਹੋਈਆਂ, ਉਵੇਂ ਜਿਹੜੇ ਧਾਰਮਿਕ ਲੋਕ ਨੇ ਉਹ ਆਪਦੇ ਧੜੇ ਵਧਾਈ ਜਾ ਰਹੇ ਨੇ। ਇਹੋ ਜਿਹੇ ਧਾਰਮਿਕਾਂ ਪ੍ਰਚਾਰਕਾਂ ਦੇ ਮਗਰ ਤਾਂ ਗੁਰੂ ਨਾਨਕ ਆ ਕੇ ਪਿਆ ਸੀਗਾ, ਇਹੋ ਜਿਹੇ ਧੜੇ ਤਾਂ ਪਹਿਲਾਂ ਵੀ ਸਨ, ਯੋਗੀਆਂ ਦੇ ਸੀ, ਕਾਜੀਆਂ ਦੇ ਸੀ, ਬਾਹਮਣਾਂ ਦੇ ਸੀ, ਉਹਨਾਂ ਕਿਹੜਾ ਨੂੰ ਗੁਰੂ ਸਾਹਿਬ ਨੇ ਧੜੇ ਖਤਮ ਕਰਕੇ ਸਾਨੂੰ ਇੱਕ ਪਰਮਾਤਮਾ ਦੇ ਨਾਲ ਏਕ ਪਿਤਾ ਏਕ ਸਕੇਹਮ ਵਰਕ ਦਾ ਪਾਠ ਪੜ੍ਹਾਇਆ ਹੋਇਆ। ਪਰ ਅੱਜ ਦੁਖਾਂਤ ਇਹ ਆ ਵੀ ਕੋਈ ਵਿਰਲਾ ਹੀ ਪ੍ਰਚਾਰਕ ਆ ਜਿਹੜਾ ਇਹੋ ਜਿਹੀ ਘੜੀ ਦੇ ਵਿੱਚ ਆ ਕੇ ਖੜਦਾ। ਇਹਦੇ ਵਿੱਚ ਮੇਰੇ ਨਾਲ ਦੋ ਵੀਰ ਪ੍ਰਚਾਰਕ ਨੇ ਜਿਨ੍ਹਾਂ ਨੇ ਮੇਰੇ ਨਾਲ ਰਾਬਤਾ ਕਾਇਮ ਕੀਤਾ, ਭਾਈ ਹਰਜੀਤ ਸਿੰਘ ਢਪਾਲੀ ਨੇ, ਨਿਰਭੈ ਸਿੰਘ ਜਿਉਂਦ ਨੇ, ਉਹਨਾਂ ਨੇ ਮੈਨੂੰ ਹੌਸਲਾ ਦਿੱਤਾ, ਕਿਹਾ ਵੀ ਤੇਰੇ ਨਾਲ ਅਸੀਂ ਖੜ੍ਹੇ ਹਾਂ,
ਵੀ ਜਿੱਦਾਂ ਦੀ ਵੀ ਕਾਰਵਾਈ ਚਾਹੀਦੀ ਹੈ ਆਪਾਂ ਉੱਦਾਂ ਦੀ ਕਰਾਂਗੇ, ਅਤੇ ਬਾਕੀ ਹੋਰ ਅੱਜ ਤੱਕ ਮੇਰੇ ਤੱਕ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ। ਵੀਰ ਜੀ ਮੈਂ ਥੋੜ੍ਹੀ ਜਿਹੀ ਜਾਣਕਾਰੀ ਆਪ ਜੀ ਬਾਰੇ ਲੈਣਾ ਚਾਹਾਂਗਾ। ਆਪ ਜੀ ਨੇ ਦੱਸਿਆ ਕਿ ਆਪ ਜੀ ਪ੍ਰਚਾਰ ਦੀ ਸੇਵਾ ਨਿਭਾ ਰਹੇ ਹੋ, ਇਸ ਤੋਂ ਇਲਾਵਾ ਆਪ ਜੀ ਹੋਰ ਕੀ ਉਪਰਾਲੇ ਕਰ ਰਹੇ ਹੋ ਜੀ? ਹਾਂਜੀ ਵੀਰ ਜੀ, ਮੈਂ ਕਾਫ਼ੀ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਕਲਾਸਾਂ ਵੀ ਲਾਉਂਦੇ ਹਾਂ, ਜਿਵੇਂ ਮਈ ਜੂਨ ਦੀਆਂ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ, ਕਲਾਸਾਂ ਤੋਂ ਬਾਅਦ ਉਹਨਾਂ ਨੂੰ ਸੰਥਿਆ, ਉਹਦੇ ਜੇ ਕਿਸੇ ਨੂੰ ਆਰਥਿਕ ਤੌਰ 'ਤੇ ਵੀ ਹੈ, ਅਸੀਂ ਸੰਗਤ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਆਰਥਿਕ ਮਦਦ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਕੋਈ ਬਿਮਾਰ ਇਲਾਜ ਨਹੀਂ ਕਰਵਾ ਸਕਦਾ, ਸੰਗਤਾਂ ਨੂੰ ਪ੍ਰੇਰ ਕੇ ਉਹਦੇ ਨਾਲ ਸਿੱਧਾ ਮਿਲਾ ਕੇ ਉਹ ਲੋੜਵੰਦ ਦੇ ਮਦਦ ਕਰਾਉਣ ਦੀ ਵੀ ਕਰਦੇ ਹਾਂ। ਜਿਹੜੇ ਕੋਈ ਆਮ ਝਗੜੇ ਉਹਨਾਂ ਨੂੰ ਵੀ ਕਹਿੰਦੇ ਵੀ ਤੁਸੀਂ ਥਾਣੇ ਨਾਲ ਗੁਰਦੁਆਰੇ ਨਿਬੇੜੋ, ਆਪਣਾ ਸਭ ਤੋਂ ਵੱਡਾ ਸੱਚਾ ਪਾਤਸ਼ਾਹ ਦਾ ਦਰਬਾਰ ਆ, ਕਿਉਂ ਆਪਾਂ ਜਾਣਿਆ ਉੱਥੇ ਹੀ ਨਿਬੇੜਨ ਦੀ ਕੋਸ਼ਿਸ਼ ਕਰੀਏ। ਪਰ ਅੱਜ ਜਿਹੜੇ ਆਪਣੇ ਹਾਲਾਤ ਨੇ ਬਹੁਤ ਵਿਗੜ ਚੁੱਕੇ ਨੇ, ਆਪਾਂ ਗੁਰੂ 'ਤੇ ਬਹੁਤ ਭਰੋਸਾ ਆਪਣਾ ਘੱਟ ਗਿਆ। ਹਾਂਜੀ ਵੀਰ ਜੀ, ਅਖੀਰ ਦੇ ਵਿੱਚ ਆਪ ਜੀ ਦੀ ਕੀ ਮੰਗ ਹੈ ਇਸ ਘਟਨਾ ਤੋਂ ਬਾਅਦ, ਆਪ ਜੀ ਕੀ ਮੰਗ ਕਰਦੇ ਹੋ ਜੀ? ਮੰਗ ਤਾਂ ਆਪਣੀ ਇਹ ਹੀ ਹੈ ਜੀ ਵੀ ਸਭ ਤੋਂ ਜਿਹੜਾ ਵੀ ਬੰਦਾ ਅਪਰਾਧੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਮੈਂ ਗੁਨਾਹ ਕੀਤਾ, ਮੇਰੀ ਗਲਤੀ ਹੈ, ਮੇਰੀ ਰਿਕਾਰਡਿੰਗ ਹੈ, ਕਥਾ ਦੇ ਵਿੱਚ ਮੈਂ ਗਲਤ ਬੋਲਿਆ, ਉਹ ਬੰਦੇ ਨੂੰ ਮੈਂ ਉਦੋਂ ਬਾਅਦ ਵੀ ਇਹ ਗੱਲ ਕਹੀ ਵੀ ਜੇ ਮੇਰੀ ਇੱਕ ਗਲਤੀ ਦੱਸ ਦੇ ਵੀ ਤੁਹਾਡੀ ਭਰਾ ਆ ਗਲਤੀ ਹੈ, ਮਾਫ਼ੀ ਮੈਂ ਮੰਗਾਂਗਾ। ਹਾਂ ਦੂਸਰੀ ਗੱਲ ਇਹ ਆ ਵੀ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ। ਮੈਂ ਪ੍ਰਸ਼ਾਸਨ ਨੂੰ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਬੇਨਤੀ ਕਰਦਾ ਵੀ ਇਹਨਾਂ ਲੋਕਾਂ ਦੇ ਉੱਤੇ ਸ਼ਿਕੰਜਾ ਕਸਿਆ ਜਾਵੇ। ਹਾਲਾਂਕਿ ਫਰਜ਼ ਦਾ ਸ਼੍ਰੋਮਣੀ ਕਮੇਟੀ ਦਾ ਜ਼ਿਆਦਾ ਬਣਦਾ ਵੀ ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਦੇ ਸਿਧਾਂਤ ਲਾਗੂ ਕਰਾਉਣੇ ਨੇ। ਉਹ ਲੜਾਈ ਜੇ ਅਸੀਂ ਲੜ ਰਹੇ ਹਾਂ, ਉਹ ਸਾਡਾ ਸਾਥ ਤਾਂ ਦੇ ਸਕਦੀ ਹੈ, ਸਾਡੇ ਨਾਲ ਖੜ੍ਹੇ। ਸਾਡੀ ਤਾਂ ਇਹੋ ਮੰਗ ਆ ਵੀ ਇਹ ਜਿਹੜਾ ਪ੍ਰਸ਼ਾਸਨ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ, ਆਪਣੀ ਜ਼ਿੰਮੇਵਾਰੀ ਨਿਭਾਉਣ। ਜਿਵੇਂ ਆਪ ਜੀ ਨੇ ਗਲਤੀ ਦੀ ਗੱਲ ਕੀਤੀ ਅਤੇ ਗਲਤੀ ਹੋਏ ਤਾਂ ਮੈਨੂੰ ਦੱਸਿਆ ਜਾਵੇ, ਮੈਂ ਇਹ ਗੱਲ ਕਰਾਂਗਾ ਕਿ ਜੇ ਗਲਤੀ ਹੈ ਵੀ ਤਾਂ ਕੀ ਗੁਰੂ ਘਰ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਦਸਤਾਰ ਉਤਾਰਨਾ ਠੀਕ ਹੈ, ਇਹਨੂੰ ਆਪ ਜੀ ਕਿਵੇਂ ਵੇਖਦੇ ਹੋ? ਨਾ ਜੀ ਬਿਲਕੁਲ ਨਹੀਂ, ਆਪਾਂ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਹੋਇਆ, ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਰਲਿਵਲਾ ਆਏ, ਹਰਨਾਮੈ ਕੇ ਹੋਵੇ ਜੋੜੀ ਗੁਰਮੁਖ ਵੈਸੋ ਸਫਾ ਵਸਾਏ। ਵੀ ਜੇ ਕਿਸ ਤਰ੍ਹਾਂ ਦੇ ਮਤਭੇਦ ਨੇ ਉਹਨੂੰ ਇਕੱਠੇ ਬੈਠ ਕੇ ਆਪਾਂ ਸੁਲਝਾ ਸਕਦੇ ਹਾਂ, ਗੁਰਬਾਣੀ ਦੀਆਂ ਆਪਾਂ ਉਹਨਾਂ ਨੂੰ ਐਗਜ਼ਾਮਪਲਾਂ ਦੇ ਸਕਦੇ ਹਾਂ, ਤਾਂ ਕਿ ਆਪਾਂ ਇੱਕ ਦੂਜੇ ਦਾ ਜਿਹੜਾ ਮਤਭੇਦ ਆ ਦੂਰ ਕਰ ਸਕਦੇ ਹਾਂ। ਪਰ ਹਮਲਾ ਕਰਨਾ, ਮਾਰ ਧਾੜ, ਇਹ ਤਾਂ ਗੈਂਗਸਟਰਾਂ ਦਾ ਕੰਮ ਹੈ ਜੀ, ਗੁਰਮੁਖਾਂ ਦਾ ਨਹੀਂ। ਤੁਹਾਨੂੰ ਨਹੀਂ ਲੱਗਦਾ ਕਿਤੇ ਕਿ ਸ਼ਾਇਦ ਇਹਨਾਂ ਕੋਲ ਸਵਾਲਾਂ ਦੇ ਜਵਾਬ ਨਹੀਂ ਨੇ ਤਾਂ ਹੀ ਇਹ ਇਹੋ ਜਿਹੀ ਐਕਟੀਵਿਟੀ ਕਰਦੇ ਨੇ? ਬਿਲਕੁਲ ਵੀਰ ਜੀ, ਬਾਣੀ ਬਾਰੇ ਉਹਨਾਂ ਨੂੰ ਬਿਲਕੁਲ ਨਹੀਂ। ਹਾਲਾਂਕਿ ਮੈਂ ਦੋ ਦਿਨ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਕਥਾ ਕੀਤੀ ਹੈ, ਕੋਈ ਜ਼ਿਆਦਾ ਖਤਰਨਾਕ ਨਹੀਂ, ਕਿਉਂਕਿ ਜੇ ਆਪਾਂ ਪੜ੍ਹੇ ਲਿਖਿਆ ਵਾਲੀਆਂ ਬਾਹਲੀਆਂ ਗੱਲਾਂ ਕਰਾਂਗੇ ਪਿੰਡਾਂ ਵਿੱਚ, ਉਹ ਨਹੀਂ ਸਮਝ ਸਕਦੀਆਂ ਸੰਗਤਾਂ। ਪਹਿਲੀ ਪੌੜੀ ਦੀ ਜਿਹੜੇ ਬੰਦੇ ਨੂੰ ਜਪਜੀ ਸਾਹਿਬ ਦੀ ਕਥਾ ਨਹੀਂ ਪਤਾ ਵੀ ਕੀ ਲਿਖਿਆ ਹੋਇਆ, ਵੀ ਸਹਿ ਸਿਆਣਪਾਂ ਕੀ ਨੇ, ਸੋਚਿਆ ਸੋਚਣਾ ਉਹ ਵੀ ਕੀ ਹੈ, ਫਿਰ ਉਹ ਗ੍ਰੰਥੀ, ਉਹ ਜਿਹੜੇ ਪਾਠੀ ਬੈਠੇ ਨੇ ਪਿੰਡਾਂ ਦੇ ਵਿੱਚ, ਉਹ ਸੰਗਤਾਂ ਨੂੰ ਕਿੱਦਾਂ ਸੁਚੇਤ ਕਰਨਗੇ? ਠੀਕ ਹੈ ਜੀ, ਬਹੁਤ ਧੰਨਵਾਦ ਜੀ। ਸੋ ਇਹ ਸੀਗੇ ਭਾਈ ਜਰਨੈਲ ਸਿੰਘ ਧਿੰਗੜ ਜੀ, ਜਿਨ੍ਹਾਂ ਨੇ ਵਿਚਾਰ ਸਾਂਝੇ ਕੀਤੇ, ਇਹਨਾਂ ਨਾਲ ਜੋ ਵੀ ਘਟਨਾ ਵਾਪਰੀ ਉਹਦੇ ਬਾਰੇ ਦੱਸਿਆ ਆਪ ਸਾਰਿਆਂ ਨੂੰ। ਆਪ ਜੀ ਨੇ ਆਪਣੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਹੈ ਕਿ ਜੋ ਭਾਈ ਸਾਹਿਬ ਨੇ ਘਟਨਾ ਵਾਪਰੀ ਹੈ ਇਹਦੇ ਤੁਹਾਨੂੰ ਕੀ ਲੱਗਦਾ, ਕੀ ਕਾਰਨ ਹੈ, ਅਤੇ ਇਹਦਾ ਸੁਧਾਰ ਜਿਹੜਾ ਹੈ ਕਿਵੇਂ ਕਰਨਾ ਚਾਹੀਦਾ, ਸਾਨੂੰ ਕੀ ਇਹੋ ਜਿਹੇ ਬਦਲਾਵ ਲੈ ਕੇ ਆਉਣੇ ਚਾਹੀਦੇ ਨੇ ਕਿ ਇਹੋ ਜਿਹੀਆਂ ਘਟਨਾਵਾਂ ਦੁਬਾਰਾ ਕਿਸੇ ਵੀ ਗੁਰੂ ਘਰ ਦੇ ਵਿੱਚ ਨਾ ਵਾਪਰੇ, ਸਾਨੂੰ ਕੀ ਸੁਧਾਰ, ਕੀ ਨਵਾਂ ਐਡ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।